ਇਹ ਦਿਖਾਉਣਾ ਸੀ ਅਸੀਂ ਗੁਲਾਮ ਇੱਕ ਅਕਾਲ ਪੁਰਖ ਦੇ ਕਹੋ ਕਬੀਰ ਗੁਲਾਮ ਕਰਕੇ ਜੀਆਏ ਭਾਵੇਂ ਬਾਹਰ ਪੂਰੀ ਦੁਨੀਆਂ ਦਾ ਗੁਰੂ ਆਏ ਲੌਜੀਕਲ ਗੱਲਾਂ ਕਰਦੇ ਨੇ ਮੇਰੇ ਸਤਿਗੁਰੂ ਮੇਰੇ ਸਤਿਗੁਰੂ ਦੀ ਕੋਈ ਵੀ ਪਾਵਨ ਬਾਣੀ ਦੀ ਤੁਕ ਹੈ ਕੋਈ ਵੀ ਪਾਵਨ ਬਾਣੀ ਦਾ ਬਾਣੀ ਹੈ ਸਾਰੀ ਦੀ ਸਾਰੀ ਪੂਰੇ ਸੰਸਾਰ ਤੇ ਢੁਕਦੀ ਹੈ ਜੇ ਮੇਰੇ ਸਤਿਗੁਰੂ ਕਹਿੰਦੇ ਨਾ ਪਵਨ ਗੁਰੂ ਤੇ ਯੂਰਪੀਅਨ ਕੰਟਰੀਆਂ ਵਾਸਤੇ ਵੀ ਪਵਨ ਹਵਾ ਆਕਸੀਜਨ ਦਾ ਕੰਮ ਕਰਦੀ ਹੈ ਅਰਬ ਕੰਟਰੀਆਂ ਵਿੱਚ ਵਸਣ ਵਾਲੇ ਲੋਕਾਂ ਵਾਸਤੇ ਵੀ ਪਵਨ ਗੁਰੂ ਭਾਵ ਆਕਸੀਜਨ ਹੈ ਪਵਨ ਗੁਰੂ ਪਾਣੀ ਪਿਤਾ ਪਾਣੀ ਸਾਨੂੰ ਜ਼ਿੰਦਗੀ ਜਿਉਣ ਦਿੰਦਾ ਹੈ ਰੋਟੀ ਤੋਂ ਬਗੈਰ ਅਸੀਂ 2-4-5-10 ਦਿਨ ਭੁੱਖੇ ਰਹਿ ਸਕਦੇ ਹਾਂ ਪਰ ਪਾਣੀ ਤੋਂ ਬਗੈਰ 2-4 ਘੰਟੇ ਰਹਿਣਾ ਵੀ ਮੁਸ਼ਕਲ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਨ ਬਾਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਸਤਿਗੁਰੂ ਕਹਿੰਦੇ ਦਿਨ ਤੇ ਰਾਤ ਖਿਡਾਵਾ ਤੇ ਖਿਡਾਵੀ ਹੈ ਖੇਲੇ ਸਗਲ ਜਗਤ ਪੂਰੀ ਦੁਨੀਆਂ ਇਹਦੇ ਵਿੱਚ ਖੇਡ ਰਹੀ ਹੈ ਪੂਰੀ ਦੁਨੀਆਂ ਖੇਡ ਰਹੀ ਹੈ ਗੁਰੂ ਗ੍ਰੰਥ ਸਾਹਿਬ ਦਾ ਇੱਕ ਮੈਂ ਹੁਕਮ ਤੁਹਾਡੇ ਨਾਲ ਸਾਂਝਾ ਕਰਾਂ ਸਤਿਗੁਰੂ ਕਹਿੰਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ ਜਿੰਨੀਆਂ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਸਾਰੀ ਦੀ ਸਾਰੀ ਕ੍ਰਾਂਤੀਕਾਰੀ ਹੈ ਕਰਾਮਾਤੀ ਨਹੀਂ ਹੈ ਭਲਾ ਕਿਤੇ ਸੋਚਿਓ ਕਿ ਇਸ ਪਾਵਨ ਬਾਣੀ ਦੇ ਨਾਲ ਤੁਹਾਡੀ ਸੋਚ ਦੇ ਵਿੱਚ ਚੇਂਜ ਆਊਗੀ ਤੁਹਾਡੀ ਸੋਚ ਬਦਲੂਗੀ ਤੇ ਜਦੋਂ ਸੋਚ ਬਦਲਦੀ ਹੈ ਨਾ ਸਾਧ ਸੰਗਤ ਸਮਾਜ ਬਦਲ ਜਾਂਦੇ ਹੈ ਬਾਬਾ ਨਾਨਕ ਨੇ ਸੋਚ ਬਦਲੀ ਸੀ ਤੇ 3 ਕਰੋੜ ਉਹਦੇ ਸਿੱਖ ਸਨ ਉਸ ਵਕਤ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਉਹ ਪਾਵਨ ਬਾਣੀ ਵਾਲਾ ਪਿਆਰ ਪੈਦਾ ਕਰੀਏ ਜਿਹੜੀ ਪਾਵਨ ਬਾਣੀ ਸਾਨੂੰ ਹਰ ਇੱਕ ਪਰਿਵਾਰ ਨਾਲ ਜੋੜਦੀ ਹੈ ਜਿਹੜੀ ਪਾਵਨ ਬਾਣੀ ਕਹਿੰਦੀ ਕੀ ਹੈ ਫਰੀਦਾ ਬਾਬਾ ਫਰੀਦ ਜੀ ਮੁਸਲਮਾਨ ਧਰਮ ਦੇ ਵਿੱਚੋਂ ਉਹਨਾਂ ਦੀ ਪਾਵਨ ਬਾਣੀ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਪਿਤਾ ਨੇ ਰੱਖੀ ਬਾਬਾ ਕਬੀਰ ਜਿਹੜੇ ਜੁਲਾਹੇ ਪਰਿਵਾਰ ਨਾਲ ਸੰਬੰਧ ਰੱਖਦੇ ਹੈ ਬਾਬਾ ਰਵਿਦਾਸ ਜਿਹੜੇ ਅਧਰਮੀਆਂ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਹੈ ਬਾਬਾ ਨਾਮਦੇਵ ਸਾਰਿਆਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਚ ਰੱਖ ਕੇ ਦੁਨੀਆਂ ਦੇ ਲੋਕਾਂ ਨੂੰ ਇਹ ਸਾਬਤ ਕਰਤਾ ਕਿ ਇਨਸਾਨਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਊਚ ਨੀਚ ਵਾਲਾ ਫਰਕ ਨਹੀਂ ਹੈ ਇਨਸਾਨਾਂ ਦੇ ਵਿੱਚ ਕੋਈ ਊਚ ਨੀਚ ਵਾਲਾ ਫਰਕ ਨਹੀਂ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਸਗਲ ਬਨਸਪਤ ਮਾਹੇ ਬਸੰਤਰ ਸਗਲ ਦੂਤ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਕਟ ਕਟ ਮਾਧੋ ਜੀਆ ਸਤਿਗੁਰੂ ਕਹਿੰਦੇ ਜਿਤਨੀ ਵੀ ਬਨਸਪਤੀ ਹੈ ਨਾ ਉਹਦੇ ਵਿੱਚ ਅੱਗ ਹੈ ਇਹ ਜੋ ਤੁਹਾਡੇ ਸਾਹਮਣੇ ਦਰਖਤ ਖੜਾ ਨਾ ਇਹਦੇ ਵਿੱਚ ਵੀ ਅੱਗ ਹੈ ਪਰ ਦਿਸਦੀ ਨਹੀਂ ਹੈ ਦੁੱਧ ਭਾਵੇਂ ਮੱਝ ਦਾ ਹੈ ਗਾਂ ਦਾ ਹੈ ਭੇਡ ਦਾ ਹੈ ਬੱਕਰੀ ਦਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦੇ ਵਿੱਚ ਘਿਓ ਹੈ ਦਿਸਦਾ ਨਹੀਂ ਹੈ ਸਗਲ ਬਨਸਪਤ ਮਾਹੇ ਬਸੰਤਰ ਸਗਲ ਦੁੱਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਇਹ ਦੁਨੀਆਂ ਦੇ ਲੋਕੋ ਤੁਸੀਂ ਉੱਚੇ ਤੇ ਨੀਵੇਂ ਆਪ ਪੈਦਾ ਕੀਤੇ ਹੈ ਪਰ ਦੋਵਾਂ ਦੇ ਵਿੱਚ ਅਕਾਲ ਪੁਰਖ ਵਰਤ ਰਿਹਾ ਹੈ